ਮਸਤ ਪੋਦੀ ਤੇ ਜਾ ਨਹੀਂ ਆ ਤੋੜ ਦੀ ਆ ਕਿੰਨੇ ਘਰ ਇਹ 30 ਰੁਪਏ ਦੀਆਂ ਪਰ ਅੱਧਾ ਕਿਲੋ ਘਰ ਆ ਗਿਆ ਘਰੋਂ ਕੇਕ ਸ਼ੇਕ ਫਰਾ ਕੇ ਮੈਂ ਖਲੋਤਾ ਹੀ ਹਾਂ ਟਾਈਮ ਹੋਇਆ 12:15 ਦਾ ਰਾਜੀ ਕਾਲ ਆ ਜਾਂਦਾ ਪਿਆ ਜੇ ਨਾ ਤਖਤੀ ਜਿਹੜੀ ਉੱਥੇ ਸ਼ਹਿਰ ਦਿੱਤੀ ਹੈ ਉਹ ਤਿਆਰ ਹੋ ਗਈ ਹੈ ਤੈਨੂੰ ਮੈਂ ਅੱਗੇ ਵੀ ਕਾਲ ਕੇ ਦੇਖ ਕੇ ਚਲੀਏ ਸ਼ਹਿਰ ਕਹਿੰਦੇ ਨਹੀਂ ਮੈਂ ਬਿਜ਼ੀ ਹਾਂ ਤੈਨੂੰ ਆਖਿਆ ਸੀ ਸੁਬਾਹ ਆਈ ਆ ਆਉਂਦੇ ਹਾਂ ਵਾਪਸੀ ਤਾਂ ਲੈ ਆਉਣੀ ਸੀ ਨਾ ਲੇਕਿਨ ਉਹ ਤੂੰ ਬਣੀ ਨਹੀਂ ਬਣੀ ਨਹੀਂ ਹੁਣ ਫੋਨ ਕੀਤਾ ਹੁਣ ਬਣੀ ਚਲੋ ਵੇਖ ਲੈਂਦੇ ਹਾਂ ਬਾਕੀ ਫਿਰ ਜਾਣਾ ਪੈ ਗਿਆ ਸਿਆਲਕੋਟ ਸਾਡਾ ਸ਼ਹਿਰ ਸਿਆਲਕੋਟ ਬਾਬਾ ਜੀ ਸਿਆਲਕੋਟ ਫਾਈਨਲੀ ਪਹੁੰਚ ਗਏ ਹਾਂ ਅਸਲਾਮ ਵਾਲੇਕੁਮ ਬਣ ਗਈ ਹੈ ਅਜੇ ਜੀ ਪਾਣ ਗਈ ਬਸ ਆ ਉੱਥੋਂ ਸਾਫ਼ ਕਰਨ ਆਇਆ ਰੰਗ ਹਜ਼ਾਰ ਰੁਪਇਆ ਉੱਥੋਂ ਦੇ ਗਏ ਹਾਂ ਹਜ਼ਾਰ ਰੁਪਇਆ ਉੱਥੋਂ ਦੇ ਗਏ ਹਾਂ 500 ਰੁਪਈਆ ਅੱਗੇ ਜੀ ਹੈ ਨਾ ਮੈਨੂੰ ਯਾਦ ਨਹੀਂ ਸੀ ਰਿਹਾ ਮੈਂ ਨਾ ਪਿਆ ਕਿ ਜਾਵਾਂਗੇ ਦੁਬਾਰਾ ਕਲਾਸ ਕਵਰ ਅਤੇ ਮੋਬਾਈਲ ਦਾ ਜਿਹੜਾ ਕਵਰ ਇਹਨੇ ਲਿਆਉਣਾ ਪਹਿਲਾਂ ਲੋਕ ਕਲਰ ਸਭ ਤੋਂ ਰੰਗ ਸਾਫ਼ ਕਰਦੇ ਨੇ ਹੁਣ ਜਿਹੜਾ ਅਸੀਂ ਕਲਰ ਕੁਲਰ ਗਲਾਸ ਗਲੂਸ ਲੈਣੇ ਆ ਉਹੀ ਆ ਰਹੀ ਨੇ ਸਿਆਲਕੋਟ ਸਿਟੀ ਪਲਾਜ਼ਾ ਹੁਣ ਇੱਥੇ ਗੱਡੀ ਪਾਰਕ ਕਰਕੇ ਚੱਲੇ ਹਾਂ ਉੱਥੇ ਕਵਰ ਸ਼ਵਰ ਮੋਬਾਈਲ ਦਾ ਵੇਖਣ ਕਵਰ ਵੇਹਨੇ ਆ ਵੀ ਹੁਣ ਕਿਹੜਾ ਸਹੀ ਹੈ ਕਿਹੜਾ ਨਹੀਂ ਕਿਹੜਾ ਸਹੀ ਹੈ ਸਹੀ ਕਿਆ ਬਲੈਕ ਵਾਲਾ ਲੈਮਨ ਟੀ ਆ ਆਹ ਯਾ ਇਹ ਵਾਲਾ ਜਿਹੜਾ ਨਾ ਪਸੰਦ ਆਇਆ ਅੱਜ ਕਵਰ 550 ਦਾ ਜਿਹੜਾ ਨਾ ਗਲਾਸ ਕਵਰ ਸ਼ੀਟ ਵੀ ਪਿੱਛੇ ਲਵਾਈ ਹੈ ਅਤੇ ਕਵਰ ਵੀ ਚਲਾਇਆ 600 ਆਉਂਦੇ ਪਏ ਹਾਂ 550 ਦਾ ਕੀਤਾ ਨੇ ਮੈਂ ਠੀਕ ਹੈ ਲੁੱਟ ਲਓ ਬਜ਼ੁਰਗਾਂ ਵੇਖ ਬਜ਼ੁਰਗ ਵੇਖ ਕੇ ਬਜ਼ੁਰਗ ਬੰਦਾ ਵੇਖ ਕੇ ਓਹੋ ਪਿੱਛੇ ਜਾ ਕਰੋ ਮੈਂ ਜਿੱਥੋਂ ਆਉਣਾ ਟ੍ਰੈਫਿਕ ਜਾਮ ਹੋ ਜਾਂਦੀ ਹੈ ਹੁਣ ਫਿਰ ਟ੍ਰੈਫਿਕ ਜਾਮ ਕਰਾ ਰਹੀ ਹੁਣ ਫਿਰ ਜਿਵੇਂ ਨਾ ਅਸੀਂ ਕਰਨ ਆਇਆ ਲੰਚ ਵਗੈਰਾ ਟਾਈਮ 'ਤੇ 2:45 ਦਾ ਹੋ ਗਿਆ ਲਓ ਜੀ ਸਾਡਾ ਫੇਵਰਟ ਬਿਸਮਿਲ੍ਲਾਹਿ ਰਹਿਮਾਨ ਰਹੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਜ ਦਾ ਸੂਰਜ ਹਜੇ ਡੁੱਬਣਾ ਨਹੀਂ ਹੋਇਆ ਸਾਡਾ ਆਖਰੀ ਕੰਮ ਰੈਡੀ ਹੋ ਗਈ ਹੈ ਉਹ ਉੱਤੇ ਪਈ ਜੇ ਸਾਡਾ ਕੰਮ ਆਖਰੀ ਹੋ ਗਿਆ ਹੁਣ ਚੱਲੀਏ ਘਰ ਫਾਂਡਾ ਡੈਮ ਬਿਨਾਂ ਨਾਨ ਸਟਾਪ ਬਿਨਾਂ ਨਾਨ ਸਟਾਪ ਬਿਨਾਂ ਰੁਕੇ ਫਰੈਂਡਲੀ ਉਹ ਫਾਈਨਲੀ ਆ ਗਏ ਹਾਂ ਅਤੇ ਲਾ ਦਿਓ ਜੀ ਜਾ ਕੇ ਤਖਤੀ ਜੀ ਨੇ ਲਾਉਣੀ ਸੀ ਉਹ ਕਬਰਸਤਾਨ ਅਤੇ ਦਰਬਾਰ ਦੇ ਅੰਦਰ ਰਹਿਰਾ ਹੋਰਾਂ ਦੇ ਦਾਦੇ ਦੇ ਨਾਂ ਦੀ ਬਣਵਾਈ ਸੀ ਉੱਦਣ ਨਹਾ ਧੋ ਕੇ ਕੱਪੜੇ ਚੇਂਜ ਕਰ ਗਏ ਤਾਂ ਚੀੜ ਮੈਂ ਵਾਹ ਕੇ ਨਹੀਂ ਆਇਆ
ਜਾਦੂ ਮਾਦੂ ਸ਼ੂ ਕਲੰਦਰ ਢੀਂਡੀ ਪਾ ਪਾਇਆ ਪਿਆ। ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਮੈਂ ਸਲਾਮ ਲੈਣ ਡਿਆ ਅੱਗੇ ਮੂੰਗਫਲੀ ਕਰਨ, ਮੈਂ ਮੂੰਗਫਲੀ ਹੀ ਲੈਣ ਡਿਆ। ਕੀ ਕਰਨੀ, ਖੰਘ ਖੰਘ ਲੱਗ ਜਾਏਗੀ? ਕੋਈ ਨੀ, ਮੈਂ ਖੰਘ ਹੀ ਤਾਂ ਲਵਾਉਣੀ ਹੈ। ਅੱਛਾ, ਹਾਂਜੀ, ਮੈਂ ਲੈ ਕੇ ਦੇਣਾ। ਕੋਈ ਨੀ, ਉਹ ਆਪੇ ਘਾਟ ਤੇ ਕਰ ਲਾਂਗੇ ਜੋ ਕਰਨਾ ਹੋਏਗਾ। ਸਭ ਮੂੰਗਫਲੀ ਖਾਣ ਦੇ, ਫਿਰ ਮੈਂ ਕਿਹਾ ਮੈਂ ਵੀ ਖਾ ਲਾਂ। ਦੋ ਦੋ ਡੋੜੀਆਂ ਦਿੱਤੀਆਂ ਨੀ, ਡੋੜੀਆਂ ਮੈਂ ਕੱਟ ਕਰਾ ਕੇ ਲਾਲ ਗੁਲਾਬੀ ਲੱਗਣ ਲੱਗ ਪੈਣਾ। ਨਮਾਜ਼ ਵੀ ਪੜ ਲਿਆ ਕਰ, ਛੁੱਟੀ ਲਈ ਬਹਿ ਗਿਆ ਯਾਰ। ਤੂੰ ਮੇਰੀ ਵੀਡੀਓ ਨਹੀਂ ਵੇਖਦਾ? ਵੀਡੀਓ ਯਾਰ ਵੇਖੀ ਤੇ ਹੈ ਮੈਂ, ਪਰ ਮੇਰੇ ਦੇਣ ਚ ਨਹੀਂ ਹੈ। ਲੱਭਾ ਨਹੀਂ ਤੈਨੂੰ ਵੀਡੀਓ ਚ, ਮੋਬਾਈਲ ਨਹੀਂ ਲੱਭਾ। ਸਰਪ੍ਰਾਈਜ਼ ਸੀ ਨਾ। ਅੱਛਾ, ਹਾਂਜੀ ਭਾਈਆ ਭਾਈਆ, ਬਾਬਾ ਕਿੰਨੇ ਦਾ ਮੋਬਾਈਲ ਲਿਆ ਜੀ? ਮੋਬਾਈਲ ਲੈ ਲਿਆ ਡੋਡੀ ਤੇ ਦੇ ਪਹਿਲਾਂ, ਮੋਬਾਈਲ ਲੈ ਲਿਆ ਕਿੰਨੇ ਦਾ ਹੋਣਾ ਤੇਰੇ ਹਿਸਾਬ ਨਾਲ? ਮੋਬਾਈਲ ਤੇਰਾ ਚੰਗਾ ਲੱਗ ਰਿਹਾ ਮੈਨੂੰ, ਰਿਜ਼ਲਟ ਵੀ ਚੰਗਾ ਲੱਗ ਰਿਹਾ ਹੋਣਾ, ਕੋਈ ਲੱਖ ਸਵਾ ਲੱਖ ਦਾ। ਹਾਂਜੀ ਗੱਲ ਵੇ, ਪਹੁੰਚ ਗਿਆ ਨੇਰੇ ਮੁੰਡਾ। ਔਨਲਾਈਨ ਕੀਮਤ ਦੀ 1,14 ਹੈ, 1,15, 1,15,000 ਤੇ ਉਦਣ ਲੱਭਾ। ਤੁਹਾਨੂੰ ਪਤਾ ਕਿੰਝ ਵੀਡੀਓ, ਜਿਹਨਾਂ ਵੇਖੀ ਜਿਹਨਾਂ ਨਹੀਂ ਵੇਖੀ ਚੈਨਲ ਜਾ ਕੇ ਫਿਰ ਦੁਬਾਰਾ ਵੇਖੋ। 1.5 ਤੱਕ ਲੱਭ ਗਿਆ, ਬੜੀ ਹੈ ਕਿ ਘੱਟ ਕਰ ਲਾ? ਸੱਚੀ ਗੱਲਾਂ ਨਹੀਂ ਦੱਸੀ ਦੀਆਂ, ₹150 ਦਰਜਨ ਨੇ। ਮੂਲੀ ਨੀ ਖਾਈ ਜੀ, ਉਹ ਕੋਰੀ ਹੁੰਦੀ ਹੈ, ਉਹ ਗਾਜਰਾਂ ਹੀ ਲੈ ਲੈਣੇ ਆ। ਤੂੜੀ ਲੈਣ ਤੋਂ ਜੀ, ਤੂੜੀ 50 ਰੁਪਏ ਕਿਲੋ ਆ, ਤੁਸੀਂ 50 ਰੁਪਏ ਕਿਲੋ ਤੂੜੀ, ਗੋਂਗਲੂ 20 ਰੁਪਏ ਕਿਲੋ ਆਉਂਦਾ ਸੀ ਪਿਆ, ਗੋਂਗਲੂ 30 ਰੁਪਏ ਕਿਲੋ, ਤੂੜੀ 50 ਰੁਪਏ ਕਿਲੋ, ਤੂੜੀ ਚੰਗੀ ਹੈ ਗੋਂਗਲੂ? ਵਾਕਈ ਸਹੀ ਗੱਲ, ਤੂੜੀ ਚੰਗੀ। ਸਾਨੂੰ ਵੀ ਦੇਣੀ ਉਹ ਦੱਸ, ਤੁਹਾਨੂੰ ਦੇਣ ਵਾਸਤੇ ਸਾਰਾ ਕੁਝ ਆਇਆ, ਤੁਹਾਡੀ ਮਰਜ਼ੀ ਹੈ ਜੋ ਵੀ ਲਓ। ਗੋਂਗਲੂ ਕੀ ਰੇਟ? ਗੋਂਗਲੂ ਰਿਆਤ 30 ਰੁਪਏ ਕਿਲੋ ਦੇ ਦਿਓ ਫਿਰ, 30 ਕਿਲੋ ਤੇ ਕਿਲੋ ਗਾਜਰਾਂ ਪਾ ਦਿਓ। ਕਿਲੋ ਗਾਜਰਾਂ ਕਿੰਨੇ ਦੀਆਂ? ਕਿਲੋ ਗਾਜਰਾਂ, ਗਾਜਰਾਂ ਕਿਸ ਤਰ੍ਹਾਂ? ਓ ਇੰਨਾ ਕੁਝ ਲਈ ਜਾਵਾਂ ਜਾਂ ਤੂੰ ਹਾਂਡੀ ਪਕਾਣੀ ਹੈ? 50 ਰੁਪਏ ਤੂੰ ਹਾਂਡੀ ਪਕਾਣੀ ਹੈ? ਗੋਂਗਲੂ ਤਾਂ ਮੂਲੀਆਂ ਲੈ ਲਿਆ, ਠੀਕ ਹੈ। ਚੈੱਕ ਕਰੋ ਜੀ ਗਾਜਰ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਵੇਖੋ ਗਾਜਰ ਜੀ, ਲਾਲੋ ਲਾਲ ਜੀ, ਆਪਣੇ ਇਲਾਕੇ ਦੀ ਗਾਜਰ ਹੈ ਜੀ, ਆਪਣੇ ਇਲਾਕੇ ਦੀ ਹੈ, ਸਿਆਲਕੋਟ ਦੀ ਗਾਜਰ ਵੇਖੋ। ਵਾਹ ਬਈ ਵਾਹ, ਸੁਭਾਨ ਅੱਲਾ, ਆਪਣੇ ਮਸਤਪੁਰ ਦੀ ਕੀ ਹੈ? ਮਸਤਪੁਰ ਦੀ ਤੇ ਜਾ ਨਹੀਂ ਆ, ਸਿਆਲਕੋਟ ਦੀ ਹੈ। ਕਿੰਨੇ ਦਾ ਇਹ? 30 ਰੁਪਏ ਦੀਆਂ, ਅੱਧਾ ਕਿਲੋ ਕਿੰਨਾ ਆ ਭਾਣਾ? ਸਰ ਕਿੰਨੇ ਪੈਸੇ ਹੋਏ? ਸਿਰਫ 100 ਰੁਪਈਆ ਬਸ, ਇੰਨੀਆਂ ਚੀਜ਼ਾਂ ਤੇ ਕੀਮਤ 100। ਵਾਹ ਬਈ ਵਾਹ, ਤੁਸੀਂ ਕੱਲ ਭਜਵਾ ਸਾਹਿਬ ਕੀ ਹੋ ਗਿਆ? ਤੂੰ 50 ਰੁਪਏ ਲੈ ਕੇ ਹਿਸਾਬ ਕਰ ਗਈ, 30 ਰੁਪਏ ਲਓ ਜੀ, ਸਬਜ਼ੀਆਂ ਹੀ ਲੈਣ ਦੀਆਂ, ਅਸੀਂ ਆ ਕੋਈ ਜਾਨ ਬਣਾਈਏ, ਕੋਈ ਖੂਨ ਵਡਾਈਏ, ਤੇ ਜੇ ਨਾ ਹਾਂ ਆ ਲੂਣ ਵੀ ਆਉਂਦਾ ਤੇਰੇ ਸਿਰ ਚ ਮਾਰਨਾ, ਤੈਨੂੰ ਨੀ ਕਿਤੇ ਆਉਂਦਾ ਸਕੂਨ, ਫਿਰ ਹੋਣਾ ਤੈਨੂੰ ਸਕੂਨ। ਲਓ ਜੀ ਬਾਈ ਚੁੱਕੀ ਜਾਓ ਕੰਮ, ਮੈਂ ਗਾਜਰ ਵੇਖ ਲੂਣ ਦੇ ਨਾਲ ਲਾ ਕੇ ਖਾਣਾ ਹੋ ਗਿਆ, ਉਹ ਗਾਜਰ ਧੋ ਕੇ ਖਾਣੀ ਚਾਹੀਦੀ ਹੈ ਸੁਣਿਆ। ਮੈਂ ਧੋ ਕੇ ਲਿਆਂਦੀ ਆਪਣੀ, ਬਹੁਤ ਜਿਹਾ ਕਿਤੇ ਖਾ ਲਿਓ, ਅੱਗੇ ਵੀ ਵੱਜ ਗਏ ਹੁੰਦੇ ਉਦੋਂ ਪਕਾ ਲਾਂਗੇ ਰਾਤੀ, ਉਹ ਵੀਡੀਓ ਆਉਣੀ ਆ। ਅੱਜ ਦਾ ਸੂਰਜ ਵੀ ਡੁੱਬ ਗਿਆ, ਚੈੱਕ ਕਰੋ ਕਿੱਡਾ ਖੂਬਸੂਰਤ ਸਨਸੈੱਟ ਹੋਇਆ, ਕਿਹੋ ਜਿਹਾ ਲੱਗਣ ਦਿਆ ਇਹਦਾ ਨਜ਼ਾਰਾ। ਕੀ ਹੋਇਆ ਜੀ, ਕੀ ਹੋਇਆ ਜੀ? ਇੰਨੀ ਰਾਤ ਨੂੰ ਕੀ ਕਰਾਉਂਦੇ ਆ ਇੱਥੇ? ਮੈਂ ਕਿਹਾ ਇੰਨੀ ਰਾਤ ਨੂੰ ਕੀ ਕਰਾਉਂਦੇ ਆ? ਚੈਨ ਖਰਾਬ ਹੋ ਗਿਆ ਜੀ,
ਜਾ ਘਰ ਤੁਰ ਜਾ, ਕੋਈ ਚੌਕੇ ਲਾ ਜੂ ਇਸ ਵੇਲੇ, ਮੈਂ ਤੈਨੂੰ ਫੜਨ ਵਾਲਾ, ਮੈਂ ਚੌਕੇ ਲਾ ਜਾਣਾ ਤੈਨੂੰ, ਚੱਲ ਹਾਂ ਤੇਰੀ ਸਾਈਕਲ ਨੂੰ ਲਾਈਏ ਚੌਕੇ, ਚੱਲ ਛੱਡ ਦਿੱਤਾ।